ਸਤਿ ਸ਼੍ਰੀ ਅਕਾਲ ਦੋਸਤੋ, ਕੀ ਆ ਹਾਲ ਚਾਲ। ਉਮੀਦ ਕਰਦੇ ਹਾਂ ਜੀ ਸਾਰੇ ਆਪਣੇ ਘਰ ਰਾਜੀ ਖੁਸ਼ੀ ਹੋਣਗੇ। ਅਤੇ ਲੈ ਕੇ ਆ ਗਏ ਬਾਈ ਜੀ ਤੁਹਾਡੇ ਵਾਸਤੇ ਅੱਜ ਇੱਕ ਹੋਰ ਨਵਾਂ ਬਲੌਗ। ਅਤੇ ਆਪਾਂ ਖੜੇ ਹਾਂ ਕੈਲਗਰੀ ਅਤੇ ਇੱਥੋਂ ਕਰਨ ਲੱਗੇ ਬਾਈ ਜੀ ਆਪਾਂ ਬਲੌਗ ਸਟਾਰਟ। ਟ੍ਰੇਲਰ ਬਾਈ ਆਪਾਂ ਕਰਨ ਲੱਗੇ ਦੁਬਾਰਾ ਹੁੱਕ। ਰੀਜ਼ਨ ਕੀ ਸੀ ਦੁਬਾਰਾ ਹੁੱਕ ਕਰਨ ਦਾ? ਜਿਹੜੀ ਡੌਗ 'ਤੇ ਆਪਾਂ ਟ੍ਰੇਲਰ ਬੈਕ ਲਾਇਆ ਨਾ, ਉਹ 'ਤੇ ਵੀ ਹੋਰ ਟ੍ਰੇਲਰ ਲੱਗਿਆ ਹੋਇਆ ਸੀਗਾ। ਪਹਿਲਾਂ ਆਪਾਂ ਉਹ ਟ੍ਰੇਲਰ ਚੱਕ ਕੇ ਹੋਰ ਪਾਸੇ ਕੀਤਾ, ਆਹ ਖੜਾ ਏ। ਉਦੋਂ ਬਾਅਦ ਫਿਰ ਆਪਦਾ ਟ੍ਰੇਲਰ ਚੱਕ ਕੇ ਹੁਣ ਡੌਗ 'ਤੇ ਲਾਇਆ ਏ। ਅਤੇ ਦੁਬਾਰਾ ਆਪਾਂ ਸਾਰਾ ਕੁਛ ਤਾਰਾਂ ਤੂਰਾਂ ਵਾਇਰਾਂ ਜਿਹੜੀਆਂ ਹੈਗੀਆਂ ਜੋੜਦੇ ਹਾਂ, ਅਤੇ ਮੁੜ ਕੇ ਲੋਡ ਲਾ ਕੇ ਉਦੋਂ ਬਾਅਦ ਦੇਖਦੇ ਜੀ ਆਪਾਂ ਨੂੰ ਲੋਡ ਮਿਲ ਗਿਆ ਤਾਂ ਅੱਜ ਵਾਪਸ ਚੱਲਾਂਗੇ। ਅਤੇ ਆਪਾਂ ਖੜੇ ਹਾਂ ਬਿਲਕੁਲ ਬਾਈ ਜੀ ਏਅਰਪੋਰਟ, ਕਿਹੜਾ ਇਹ ਕੈਲਗਰੀ ਦਾ ਜਿੱਥੇ ਜਹਾਜ਼ ਉੱਤਰਦੇ ਆ। ਅਤੇ ਜੇ ਕੋਈ ਉੱਤਰਦਾ ਹੋਇਆ ਤੁਹਾਨੂੰ ਦਿਖਾਵਾਂਗੇ। ਅੱਗੇ ਵੀ ਤੁਹਾਨੂੰ ਥੋੜ੍ਹਾ ਜਿਹਾ ਕਲਿੱਪ ਦਿਖਾਇਆ ਜੀ, ਪਰ ਉਦੋਂ ਜਹਾਜ਼ ਨਹੀਂ ਉੱਤਰਦੇ ਸੀਗੇ। ਅਤੇ ਆਪਾਂ ਟ੍ਰੇਲਰ ਕਰ ਲਈਏ ਬਾਈ ਹੁੱਕ, ਅਤੇ ਉਦੋਂ ਬਾਅਦ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਜਹਾਜ਼ ਜਿਹੜੇ ਕੈਲਗਰੀ ਵਿੱਚ ਉੱਤਰਦੇ ਆ, ਵੈਨਕੂਵਰੋਂ ਆ ਕੇ ਅਤੇ ਆਸੇ ਪਾਸੇ ਵੀ ਜਿਹੜੇ ਆਉਂਦੇ ਆ। ਅਤੇ ਇਹ ਖੜਾ ਬਾਈ ਜੀ ਆਪਣਾ ਟਰੱਕ। ਅਤੇ ਮੌਸਮ ਹੁਣ ਠੀਕ ਆ ਯਾਰ, ਉਦੋਂ ਧਵਾਇਆ ਸੀ ਟਰੱਕ, ਦੁਬਾਰਾ ਫੇਰ ਲਿਬੜ ਗਿਆ ਕਿਉਂਕਿ ਸਨੋਅ ਸਨੂਅ ਜ਼ਿਆਦਾ ਰਾਹਾਂ 'ਤੇ ਬਹੁਤ ਪੈਂਦੀ ਆ ਅਤੇ ਮਾੜੇ ਹਾਲ ਹੀ ਆ। ਅਤੇ ਆਪਾਂ ਕਰ ਲਈਏ ਬਾਈ ਟ੍ਰੇਲਰ ਹੁੱਕ, ਅਤੇ ਉਦੋਂ ਬਾਅਦ ਫਿਰ ਤੁਹਾਨੂੰ ਅਸੀਂ ਜਹਾਜ਼ ਦਿਖਾਵਾਂਗੇ ਜੇ ਕੋਈ ਲੰਘਿਆ ਤਾਂ। ਮਿੱਤਰੋ, ਆ ਜਿੰਨਾ ਵੀ ਆਪਣੇ ਮਗਰਲੇ ਪਾਸੇ ਏਰੀਆ ਹੈਗਾ ਨਾ, ਇਹ ਸਾਰਾ ਇੰਟਰਨੈਸ਼ਨਲ ਏਅਰਪੋਰਟ ਆ। ਕਿੱਥੋਂ ਦਾ ਬਾਈ ਜੀ? ਕੈਲਗਰੀ ਦਾ ਇੰਟਰਨੈਸ਼ਨਲ ਏਅਰਪੋਰਟ ਆ। ਅਤੇ ਇੱਥੇ ਯਾਰ ਕੋਈ ਇੱਦਾਂ ਦਾ ਕੋਈ ਹੈ ਨਹੀਂ ਹੈ ਨਾ ਵੀ ਆਪਾਂ ਜਾ ਨਹੀਂ ਸਕਦੇ ਕੋਲ, ਬਿਲਕੁਲ ਇੱਥੇ ਮੈਂ ਦੇਖਿਆ ਗੋਰੇ ਫੋਟੋਆਂ ਵੀ ਖਿੱਚਦਾ ਜਦੋਂ ਜਹਾਜ਼ ਉੱਤਰਦੇ ਆ। ਅਤੇ ਬਿਲਕੁਲ ਨਾਲ ਇਕੱਲੀ ਆ ਪਿੱਛੇ ਦੇਖੋ, ਇਕੱਲੀ ਇਕੱਲੀ ਫੈਂਸੀ ਲੱਗੀ ਵੀ ਆ। ਅਤੇ ਇਦੂ ਇਲਾਵਾ ਹੋਰ ਕੋਈ ਨਹੀਂ, ਬਿਲਕੁਲ ਜਿਹੜਾ ਤੁਸੀਂ ਆਹ ਦੇਖੀ ਜਾਂਦੇ ਆ ਆਹ ਵਾਲਾ ATS ਆ, ਇੱਥੇ 92 ਆ ਜਿਹੜਾ ਜਹਾਜ਼ ਨੂੰ ਉਤਾਰਨ ਵਿੱਚ ਹੈਲਪ ਕਰਦਾ, ਬਿਲਕੁਲ ਨਾਲ ਹੀ ਆ। ਆਪਾਂ ਦੇਖਦੇ ਹਾਂ ਜੇ ਲੋਡ ਲਾਉਂਦੇ ਲਾਉਂਦੇ, ਮੈਂ ਕਿਹਾ ਚੱਲ ਭੱਜ ਕੇ ਮਾੜਾ ਜਿਹਾ ਇੱਕ ਕਲਿੱਪ ਲਿਆਉਣੇ ਆ। ਅਤੇ ਜੇ ਕੋਈ ਜਹਾਜ਼ ਆ ਗਿਆ ਬਾਈ ਜੀ ਤੁਹਾਨੂੰ ਦਿਖਾਉਣੇ ਆ। ਅਤੇ ਬਿਲਕੁਲ ਨੇੜੇ ਯਾਰ ਬਿਲਕੁਲ ਉੱਤਰਦੇ ਆ, ਪਰਲੇ ਪਾਸੇ 92 ਹੈਗਾ, ਉੱਧਰੋਂ ਜਹਾਜ਼ ਚੜ੍ਹਦੇ ਆ ਅਤੇ ਇੱਧਰਲੇ ਪਾਸੇ ਬਾਈ ਉੱਤਰਦੇ ਆ। ਉਹ ਜਿਹੜਾ ਸਾਹਮਣੇ ਤੁਸੀਂ ਦੇਖੀ ਜਾਂਦੇ ਬਾਈ, ਜਿਹੜਾ ਆਪਣਾ ਕੰਟਰੋਲ ਕਰਦਾ ਜਹਾਜ਼ਾਂ ਨੂੰ, ਇਹ ਕੈਲਗਰੀ ਬਾਈ ਇੰਟਰਨੈਸ਼ਨਲ ਏਅਰਪੋਰਟ ਆ। ਬਿਲਕੁਲ ਬਾਈ ਨਾਲ ਰਹਿ ਜਾਂਦਾ ਇੱਥੇ, ਉਹ ਸਾਹਮਣੇ ਆਪਣੀ ਡਿਲੀਵਰੀ ਆ ਇੱਥੇ, ਅਤੇ ਬਿਲਕੁਲ ਨਾਲ ਹੀ ਆਪਣਾ ਏਅਰਪੋਰਟ ਹੈਗਾ। ਇੱਥੇ ਕੋਈ ਨਹੀਂ ਹੈਗਾ ਯਾਰ, ਇਕੱਲੀ ਆ ਬਾਰਡ ਜੀ ਕੀਤੀ ਹੋਈ ਆ ਨਾ, ਹੋਰ ਕੋਈ ਸਿਸਟਮ ਨਹੀਂ ਹੈਗਾ। ਜਿਵੇਂ ਮਰਜ਼ੀ ਬੰਦਾ ਕੋਲ ਜਾਵੜੇ, ਕੋਈ ਚੱਕਰ ਹੀ ਨਹੀਂ ਹੈਗਾ। ਆਹ ਲੈ ਇੱਥੋਂ ਇੰਨੀ ਨੇੜੇ ਜਹਾਜ਼ ਉੱਤਰਦੇ ਆ, ਅਤੇ ਜੇ ਕੋਈ ਜਹਾਜ਼ ਉੱਤਰਿਆ ਤਾਂ ਦਿਖਾਉਣੇ ਆ ਬਾਈ ਤੁਹਾਨੂੰ ਜੇ ਉੱਤਰਿਆ ਉਦੋਂ ਤੱਕ। ਤਾਂ ਆਪਾਂ ਯਾਰ ਬਿਲਕੁਲ ਕੋਲੇ ਖੜੇ ਆ ਹੈ ਨਾ, ਕੋਈ ਚੱਕਰ ਨਹੀਂ ਹੈਗਾ। ਆਹ ਸਾਹਮਣੇ ਜਿਹੜੀ ਹੈਗੀ ਆ 92 ਪੱਟੀ ਆ, ਇੱਥੋਂ ਜਹਾਜ਼ ਉੱਤਰਨਾ ਅਤੇ ਆਪਣੀ ਕਿਸਮਤ ਨੂੰ ਬਾਈ ਖੜੇ ਖੜੇ ਇੱਕ ਜਹਾਜ਼ ਆ ਗਿਆ ਇੱਥੋਂ ਦੀ। ਅਤੇ ਦੇਖੇ ਰਾ ਬਿਲਕੁਲ ਕੋਲ ਆਪਾਂ ਖੜੇ ਹਾਂ, ਅਤੇ ਕੋਲ ਦੀ ਬਿਲਕੁਲ ਜਹਾਜ਼ ਨਿਕਲਦਾ ਰਿਹਾ, ਕੋਈ ਚੱਕਰ ਨਹੀਂ, ਕੋਈ ਕੰਧ ਟੱਪ ਕੇ ਵੜ ਜਾਓ ਹੈ ਨਾ। ਇੱਥੇ ਏਅਰਪੋਰਟਾਂ ਦੇ ਵਿੱਚ ਇੰਨੀ ਜ਼ਿਆਦਾ ਸਿਕਿਉਰਟੀ ਨਹੀਂ ਹੈਗੀ, ਜੇ ਆਪਾਂ ਕੰਪੇਅਰ ਕਰੀਏ ਇੰਡੀਆ ਵਿੱਚ ਤਾਂ ਬਹੁਤ ਜ਼ਿਆਦਾ ਸਿਕਿਉਰਟੀ ਆ। ਤਾਂ ਦੇਖੋ ਬਿਲਕੁਲ ਏਅਰ ਕੈਨੇਡਾ ਦਾ ਬਈ ਜਹਾਜ਼ ਆ, ਲੈ ਬਿਲਕੁਲ ਉੱਤੋਂ ਹੀ ਕੋਲ ਦੀ ਲੰਘਦਾ, ਹਜੇ ਬਾੜ ਤੋਂ ਮੈਂ ਪਿੱਛੇ ਖੜਾ ਏ ਅਤੇ ਆਪਾਂ ਜਾ ਸਕਦੇ ਨੇ ਜਮਾਂ ਕੋਲ ਦੀ ਲੰਘਿਆ। ਦੇਖੋ ਉਹ ਸਾਹਮਣੇ ਜਾ ਕੇ ਨੇ ਉੱਤਰ ਜਾਣਾ ਏ, ਬਿਲਕੁਲ ਨੇੜੇ ਬਾਈ, ਇੱਧਰੋਂ ਜਹਾਜ਼ ਉੱਤਰੀ ਜਾਂਦੇ ਆ ਅਤੇ ਉਹ ਪਰਲੇ ਪਾਸੇ ਜਿਹੜੇ ਹੈਗੇ ਜਹਾਜ਼ ਚੜ੍ਹੀ ਜਾਂਦੇ। ਇੰਨਾ ਨੇੜੇ ਬਾਈ ਏਅਰਪੋਰਟ ਹੈਗਾ ਅਤੇ ਆਪਾਂ ਜਾ ਸਕਦੇ ਹਾਂ। ਇਹ ਕੈਲਗਰੀ ਦਾ ਬਾਈ ਜੀ ਇੰਟਰਨੈਸ਼ਨਲ ਏਅਰਪੋਰਟ ਆ। ਜਿਹੜੇ ਵੀ ਕੈਲਗਰੀ ਆਉਣਗੇ ਪਹਿਲਾਂ ਵੈਨਕੂਵਰ ਉੱਤਰਦੀਆਂ ਫਲਾਈਟਾਂ, ਵੈਨਕੂਵਰ ਤੋਂ ਸਿੱਧੀਆਂ, ਕਿਉਂਕਿ ਡਾਇਰੈਕਟ ਕੈਲਗਰੀ ਨਹੀਂ ਆਉਂਦੀਆਂ। ਵੱਡੇ ਏਅਰਪੋਰਟ ਜਿਹੜੇ ਹੈਗੇ ਆ ਵੈਨਕੂਵਰ ਆ, ਅਤੇ ਇੱਕ ਆਪਣਾ ਹੈਗਾ ਬ੍ਰੈਂਪਟਨ ਜਹਾਜ਼ ਜਿੱਥੋਂ ਤੱਕ ਹੈਗਾ, ਜਾਂ ਮੌਂਟਰੀਅਲ ਵੀ ਹੈਗੇ। ਪਰ ਉਦੋਂ ਬਾਅਦ ਆਪਾਂ ਨੂੰ ਜਹਾਜ਼ ਚੇਂਜ ਕਰਕੇ ਨਾ, ਉਦੋਂ ਬਾਅਦ ਬਾਈ ਆਪਾਂ ਨੂੰ ਆਉਣਾ ਪੈਂਦਾ ਛੋਟੇ ਜਹਾਜ਼ 'ਤੇ ਇੱਥੇ। ਜਿੱਦਾਂ ਹੁਣ ਕੈਲਗਰੀ ਆਉਣਾ ਪਹਿਲਾਂ ਵੈਨਕੂਵਰ ਉੱਤਰਨਾ ਪੈਣਾ, ਵੈਨਕੂਵਰ ਤੋਂ ਸਿੱਧਾ ਆਪਾਂ ਇੱਥੇ ਆ ਸਕਦੇ ਹਾਂ।
ਤਿਆਰ ਆ ਇੱਕ ਪਾਸੇ ਧਰੀ ਵਿੱਚ ਆ ਇੱਕ ਪਾਸੇ ਬਣੀ ਹੈ ਗਰਮਾ ਗਰਮ ਪਕਾ ਦੇ ਆਓ ਲੈ ਲੈ ਮਾੜੇ ਜਿਵੇਂ ਮੂੰਹ 'ਚ ਪਾਣੀ ਆ ਗਿਆ ਤੇ ਦੇਖਿਓ ਪਿੰਕ ਲੱਗਦੀ ਲੈਟ ਦੇ ਹੈ ਨਾ ਇੱਧਰ ਚਾਹ ਇੱਧਰ ਬਾਈ ਪੂਰਾ ਮਸਾਲਾ ਐਨ ਬਣਿਆ ਪਿਆ ਤਿਆਰ ਅਤੇ ਸਾਰਿਆਂ ਨੂੰ ਵਧਾਈਆਂ ਬਾਈ ਦੀਵਾਲੀ ਦੀਆਂ ਬਹੁਤ ਬਹੁਤ गुलाई होनी चाहिए है नहीं मैं बैस ही बना अमर तो बह जा मैं पा लेना थाली आ लिया जी कि ना मिलता तो ਕੀ ਕਰਦੇ ਰਹਿਣ ਦੇ ਉਹ ਗੇਟ ਤੇ ਰੱਖ ਦੇ